ਜਦੀ ਅੰਜੀਲ ਦੀ ਆਖਰੀ ਵਚਨ ਮੱਤੀ 6:18 ਹੈ। ਇਹ ਵਚਨ ਸਾਡੇ ਕੰਮਾਂ ਵਿੱਚ ਡੂੰਘੀ ਨਿਮਰਤਾ ਅਤੇ ਇਮਾਨਦਾਰੀ ਨੂੰ ਦਰਸਾਉਂਦੀ ਹੈ। ਜਦੋਂ ਅਸੀਂ ਪ੍ਰਸ਼ੰਸਾ ਦੀ ਮੰਗ ਕੀਤੇ ਬਿਨਾਂ ਦੂਜਿਆਂ ਦੀ ਮਦਦ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਨਿਸਵਾਰਥ ਪਿਆਰ ਨਾਲ ਇਕਸਰ ਕਰਦੇ ਹਾਂ। ਇਹ ਉਦਾਰ ਦਾ ਸ਼ੁੱਧ ਦਿਲ ਪੈਦਾ ਕਰਦੀ ਹੈ ਅਤੇ ਖੁਦਾ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ ਜੋ ਸਾਡੇ ਸੱਚੇ ਇਰਾਦਿਆਂ ਨੂੰ ਦੇਖਦਾ ਹੈ। ਮੇਰੇ ਪ੍ਰਭੂ ਯਿਸੂ, ਮੈਨੂੰ ਸਿਖਾਓ ਕਿ ਮਨੁੱਖੀ ਮਾਨਤਾ ਉੱਤੇ ਖੁਦਾ ਦੀ ਪ੍ਰਵਾਨਗੀ ਨੂੰ ਤਰਜੀਹ ਦੇ ਕੇ ਅਸੀਂ ਆਪਣੇ ਆਧਿਆਤਮਿਕ ਯਾਤਰਾ ਵਿੱਚ ਡੂੰਘੀ ਭਾਵਨਾ ਨੂੰ ਗਿਲੇ ਲਗਾਉਂਦੇ ਹਾਂ। ਇਹ ਪ੍ਰਭੂ, ਅੱਜ ਮੈਨੂੰ ਦਇਆ ਅਤੇ ਕਿਰਪਾ ਦੀ ਭਾਵਨਾ ਨਾਲ ਦਿਆਲਤਾ ਦੇ ਗੁਪਤ ਕੰਮਾਂ ਕਰਕੇ ਜੀਵਨ ਦੀ ਕਿਰਪਾ ਪ੍ਰਦਾਨ ਕਰ ਜੋ ਉਹਨਾਂ ਨੂੰ ਲਾਭ ਪਹੁੰਚਾਉਂਦੇ ਹਨ ਜਿਨ੍ਹਾਂ ਦੀ ਮੈਂ ਮਦਦ ਕਰਦਾ ਹਾਂ ਅਤੇ ਮੈਨੂੰ ਬਦਲਦੇ ਹਾਂ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।